ਪੈਦੂ ਜਾ ਰਹੀ ਹੈ ਜੀ ਪੈਣਾ ਨੂੰ 1000 ਰੁਪਿਆ ਦੇਣ ਜਾ ਰਹੇ ਹਾਂ ਕਿਸੇ ਕੰਮ ਚ ਹਫਤਾ ਲੱਗਦਾ ਕਿਸੇ ਚ ਮਹੀਨਾ ਲੱਗਦਾ ਕਿਸੇ ਸਾਲ ਲੱਗਦਾ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਜਿੰਨਾ ਛੇਤੀ ਤੋਂ ਛੇਤੀ ਇਹ ਸਕੀਮ ਆਪਾਂ ਡਿਲੀਵਰ ਕਰ ਸਕੀ ਕਰੀਏ ਤੇ ਐਗਜ਼ੈਕਟ ਡੇਟ ਤੇ ਮਾਨ ਸਾਹਿਬ ਵੀ ਦੱਸ ਸਕਣਗੇ ਪਰ ਬਹੁਤ ਛੇਤੀ ਇਹ ਕੰਮ ਹੋ ਜਾਏ ਤੁਸੀਂ ਗਏ ਸੀ ਕੇਂਦਰ ਕੋਲ ਕਿ 500 ਦਿੱਲੀ ਪਾਉਂਦੀ ਆ 550 ਆਉਗੀ ਤੇ ਬਾਕੀ ਰਹਿੰਦੇ 1500 ਤੁਸੀਂ ਪਾਓ ਤੇ ਆਪਾਂ ਅੱਗੇ ਕਿਸਾਨਾਂ ਨੂੰ ਸਬਸਿਡੀਾਈਜ਼ ਕਰੀਏ ਜੋ ਅੱਜ ਤੱਕ ਨਹੀਂ ਵੇਖਣ ਨੂੰ ਮਿਲਿਆ ਭਾਵੇਂ ਪ੍ਰਾਲੀ ਦਾ ਡਿਸਪੋਜ਼ਲ ਹੈ ਭਾਵੇਂ ਬੇਰਕਾ ਦੇ ਮਿਲਟ ਪਲਾਨ ਚਾਲੂ ਕਰਦੇ ਨੇ ਭਾਵੇਂ ਬੱਤੀ ਦੇ ਬਿੱਲ ਜ਼ੀਰੋ ਕਰਦੇ ਨੇ ਭਾਵੇਂ ਬੇਸਾਬ ਪਿਛਲੇ 6-7 ਮਹੀਨੇ ਚ ਕੰਮ ਨਹੀਂ ਪ੍ਰਾਲੀ ਦਾ ਵੀ ਕੰਮ ਇਸ ਸਾਲ ਤੁਹਾਨੂੰ ਰਿਕਾਰਡ ਤੋੜ ਜੋ ਦਾ ਨਿਸ਼ਪਾਦਨ ਸਹੀ ਤਰੀਕੇ ਨਾਲ ਹੋਣਾ ਹੈ ਇਸ ਸਾਲ ਵੇਖਣ ਨੂੰ ਮਿਲੇ ਮੈਂ ਕਹਿੰਦੇ ਯਾਰ ਸਾਡਾ ਬਿਜਲੀ ਦਾ ਬਿੱਲ ਨਹੀਂ ਆਇਆ ਹੈਗਾ ਸਰਕਾਰ ਦਾ ਆਵੇ ਕੱਤ ਕੇ ਆਈ ਸੀ ਕਿ ਜ਼ੀਰੋ ਆਊਗਾ ਸਾਡੇ ਬਿਜਲੀ ਦਾ ਬਿੱਲ ਜ਼ੀਰੋ ਨਹੀਂ ਆਇਆ ਅੱਜ ਇਹ ਬਹੁਤ ਵੱਡੀ ਗਿਣਤੀ ਦੇ ਜ਼ੀਰੋ ਬਿਲਾਏ ਨੇ ਪਹਿਲੇ ਦੂਜਾ ਮਹੀਨਾ ਚੱਲ ਰਿਹਾ ਸਭ ਦਾ ਜ਼ੀਰੋ ਬਿੱਲ ਵੀ ਆਏਗਾ ਤੇ ਫਿਰ ਉਹਦੀਆਂ ਤੇ ਢਿੱਡ ਦੀ ਪੀੜ ਇਸ ਤੇ ਹਾਰ ਬਾਜੀ ਦੇ ਬੜੀ ਉਂਗਲ ਚੁੱਕਦੇ ਨੇ ਤੁਹਾਡੀ 2027 ਦੀ ਇਲੈਕਸ਼ਨ ਵਿੱਚ ਆਪਾਂ ਆਪਣਾ ਰਿਕਵਰਡ ਕਾਰਡ ਦਿਖਾ ਕੇ ਮੋਟਾ ਮੋਟਾ ਭਾਰਤ ਦੀ ਪਹਿਲੀ ਪਾਰਟੀ ਜੀ ਨੇ ਹਿੰਮਤ ਕੀਤੀ ਵੀ ਜੇ ਸਾਡੇ ਕੰਮ ਤੋਂ ਖੁਸ਼ ਹੋ ਤਾਂ ਸਾਰਾ ਵੋਟਾਂ ਪਾਓ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਮਿਦ ਕੁਮਾਰ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਕੈਪੀਸੋਡ ਚੱਲ ਰਿਹਾ ਹੈ ਆਪਰੇਸ਼ਨ ਲੋਟਸ ਦਾ ਤੇ ਚਰਚਾ ਹੈ ਇਸ ਨੂੰ ਲੈ ਕੇ ਬੜੀ ਚੱਲ ਰਹੀ ਆ ਸਿਆਸੀ ਗਲਿਆਰਿਆਂ ਦੇ ਵਿੱਚ ਜਰਨੈਲ ਸਿੰਘ ਜੀ ਦਿੱਲੀ ਦੇ ਵਿਧਾਇਕ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਜਰਨੈਲ ਜੀ ਪਹਿਲਾਂ ਤਾਂ ਬੜੇ ਲੰਬੇ ਸਮੇਂ ਬਾਅਦ ਦਰਸ਼ਨ ਹੋਏ ਨੇ ਇੱਥੇ ਚੰਡੀਗੜ੍ਹ ਫੇਰੀ ਤੇ ਆਏ ਹੋ ਆਪਰੇਸ਼ਨ ਲੋਟਸ ਖੈਰ ਹੈ ਤੇ ਪਹਿਲੀ ਇਨਫਾਰਮੇਸ਼ਨ ਤੁਹਾਨੂੰ ਕਦੋਂ ਮਿਲੀ ਸਿੱਕੇ ਭਾਜਪਾ ਹੁਣ ਪੰਜਾਬ 'ਚ ਆਪਰੇਸ਼ਨ ਲੋਟਸ ਲਾ ਰਹੀ ਹੈ ਆ ਵੇਖੋ ਜਿੱਦਾਂ ਭਾਜਪਾ ਦਾ ਕਿਰਦਾਰ ਰਿਹਾ ਹੈ ਤੇ ਇਨਫਾਰਮੇਸ਼ਨ ਤੇ ਆਪਰੇਸ਼ਨ ਲੋਟਸ ਤੇ ਭਾਜਪਾ ਆਪਸ 'ਚ ਬਹੁਤ ਮੇਲ ਖਾਂਦੀਆਂ ਚੀਜ਼ਾਂ ਨੇ ਤੇ ਇਹ ਕੋਈ ਇਸ ਦੇਸ਼ 'ਚ ਪਹਿਲੀ ਵਾਰ ਨਹੀਂ ਹੋ ਰਿਹਾ ਵੀ ਭਾਜਪਾ ਨੇ ਕਿਸੇ ਸੂਬੇ ਦੀ ਸਰਕਾਰ ਚੁਣੀ ਹੋਈ ਤੋੜਨੀ ਹੋਵੇ ਤੇ ਉੱਥੇ ਦੇ ਵਿਧਾਇਕ ਇਸ ਤੋਂ ਪਹਿਲਾਂ ਵੀ ਆਪਾਂ ਗੋਆ ਵਿੱਚ ਕਰਨਾਟਕਾ ਵਿੱਚ ਆਵਾਖਾ ਕੇ ਸਟੇਟਾਂ ਵਿੱਚ ਮੱਧ ਪ੍ਰਦੇਸ਼ ਵਿੱਚ ਵੇਖਿਆ ਜਿੱਥੇ ਹਾਰਨ ਤੋਂ ਬਾਵਜੂਦ ਜਿੱਤੀ ਹੋਈ ਪਾਰਟੀ ਦੇ ਐਮਐਲਏ ਖਰੀਦ ਕੇ ਜੇ ਖਰੀਦ ਕੇ ਨਹੀਂ ਤੇ ਡਰਾ ਕੇ ਧਮਕਾ ਕੇ ਇਹਨਾਂ ਨੇ ਆਪਣੇ ਵੱਲ ਕੀਤੇ ਤੇ ਉੱਥੇ ਸਰਕਾਰ ਕਰਾਈ ਪਰ ਹੁਣ ਪਾਲਾ ਪੈ ਗਿਆ ਆਮ ਆਦਮੀ ਪਾਰਟੀ ਦੇ ਨਾਲ ਤੇ ਉੱਥੇ ਫਿਰ ਜਿੱਥੇ ਆਮ ਆਦਮੀ ਪਾਰਟੀ ਵਾਲੇ ਖੜ੍ਹ ਜਾਣ ਤੇ ਇਹਨਾਂ ਨੇ ਸਾਰੇ ਆਪਣੇ ਹੱਥ ਕੰਡੇ ਅਪਣਾਏ ਪਰ ਕਾਮਯਾਬ ਨਹੀਂ ਹੋ ਸਕੇ ਤੇ ਇਸ ਤੋਂ ਪਹਿਲਾਂ ਵੀ ਅਸੀਂ ਤੇ ਦਿੱਲੀ 'ਚ ਜਦੋਂ 2013 ਦੀ ਚੋਣਾਂ ਜਿੱਤੀਆਂ ਤਾਬੀਰ ਨੇ ਸਾਡੇ ਤੇ ਕੋਸ਼ਿਸ਼ ਕੀਤੀ ਪਰ ਨਹੀਂ ਸਫਲ ਹੋਏ 2015 ਵਿੱਚ ਫੇਰ ਕੀਤੀ ਤਾਂ ਵੀ ਨਹੀਂ ਸਫਲ ਹੋਏ 2020 ਵਿੱਚ ਕੀਤੀ ਤਾਂ ਨਹੀਂ ਸਫਲ ਹੋਏ ਪਰ ਮੈਨੂੰ ਲੱਗਦਾ ਸਮਝ ਜਾਣਾ ਚਾਹੀਦਾ ਸੀ ਆ ਇੱਕ ਪਾਸੇ ਜਿੱਥੇ ਵਾਰ-ਵਾਰ ਸਭ ਕੋਸ਼ਿਸ਼ ਕਰਨ ਤੋਂ ਬਾਅਦ ਸਫਲ ਨਹੀਂ ਹੋ ਰਹੇ ਤੇ ਕਾਂਗਰਸ ਵਾਲੋ ਥੋੜਾ ਮੈਨੂੰ ਲੱਗਦਾ ਇਹਨਾਂ ਨੂੰ ਮਨੋਵਲ ਮਿਲ ਜਾਂਦਾ ਕਿ ਉੱਥੇ ਜਿੱਥੇ ਵੀ ਕਾਂਗਰਸੀ ਸਰਕਾਰ ਬਣਦੀ ਹੈ ਉੱਥੇ ਸਫਲ ਹੋ ਜਾਂਦੇ ਨੇ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਇਸ ਵਾਰ ਇੱਥੇ ਵੀ ਸਫਲ ਹੋ ਜੀਏ ਪਰ ਮੈਂ ਗਲਤਾਂਵੇਂ ਨਾਲ ਕਹਿ ਸਕਦਾ ਸਾਨੂੰ ਫਕਰ ਹੈ ਆਪਣੀ ਪਾਰਟੀ ਦੇ ਇੱਕ ਇੱਕ ਵਿਧਾਇਕ ਉੱਤੇ ਜੋ ਬੇਸਾਬ ਪੈਸੇ ਦੀ ਲਾਲਚ ਇਹਨਾਂ ਦੇ ਦੇਣ ਦੇ ਬਾਅਦ ਵੀ ਜੂਦ ਵੀ ਹਿਲਦੇ ਨਹੀਂ ਤੇ ਕਿਸੇ ਵੀ ਕਿਸਮ ਦਾ ਡਰਾਵਾ ਦੇ ਲੈਣਾ ਸਾਡੇ ਬੰਦੇ ਹਿਲਦੇ ਨਹੀਂ ਮੈਂ ਉਹ ਪਹਿਲੀ ਇਨਫੋਰਮੇਸ਼ਨ ਦੀ ਜਰੂਰ ਫਿਰ ਦੁਬਾਰਾ ਜ਼ਿਕਰ ਕਰੂੰਗਾ ਕਿ ਤੁਹਾਨੂੰ ਪਹਿਲੀ ਇਨਫੋਰਮੇਸ਼ਨ ਕੀ ਆਈ ਸੀ ਕਿੰਨੇ ਬੰਦੇ ਪੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਵਿਰੋਧੀ ਧਿਰ ਲਗਾਤਾਰ ਇਲਜ਼ਾਮ ਲਗਾ ਰਹੀ ਹੈ ਕਿ ਇਹਨਾਂ ਦੇ ਨੰਬਰ ਮੈਚ ਨਹੀਂ ਕਰ ਰਹੇਗੇ ਨਹੀਂ ਨਹੀਂ ਐਕਚੁਅਲੀ ਇਹਨਾਂ ਨੇ ਤੇ ਆਪਣੇ ਵੱਲੋਂ ਹਰ ਬੰਦੇ ਨੂੰ ਸਾਡੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਕੋਈ ਬੰਦਾ ਜੇ ਇਹਨਾਂ ਦੀ ਗੱਲ ਹੋਊਗੀ ਤੇ ਇਹਨਾਂ ਨੇ ਸੋਚਿਆ ਵੀ ਸ਼ਾਇਦ ਕਾਬੂ ਆ ਜਾਏਗਾ ਪਰ ਸਾਡੇ ਬੰਦੇ ਲਗਾਤਾਰ ਸਾਨੂੰ ਇਨਫੋਰਮੇਸ਼ਨ ਦਿੰਦੇ ਰਹੇ ਵੀ ਸਾਨੂੰ ਫਲਾਣਾ ਬੰਦਾ ਸੰਪਰਕ ਕਰ ਰਿਹਾ ਤੇ ਵੱਖ-ਵੱਖ ਚੈਨਲਸ ਨਾਲ ਕਈ ਬੰਦੇ ਡਰ ਕੇ ਮੇਰੇ ਖਿਆਲ ਪਿੱਛੇ ਵੀ ਹੋ ਗਏ ਹੋਣਗੇ ਜਦੋਂ ਆਪਾਂ ਇਸ ਗੱਲ ਨੂੰ ਐਕਸਪੋਜ਼ ਕੀਤਾ ਤੇ ਇਸ ਕਰਕੇ ਹੋ ਜਾਂਦਾ ਹੈ ਬਾਕੀ ਸਾਡੇ ਜਲੰਧਰ ਵਾਲੇ ਐਮਐਲਏ ਹੋਰ ਬਥੇਰੇ ਐਮਐਲਏ ਨੇ ਸਾਨੂੰ ਦੱਸਿਆ ਵੀ ਕਿ ਸਾਨੂੰ ਬੀਜੇਪੀ ਦੇ ਲੀਡਰ ਵੱਲੋਂ ਅਪਰੋਚ ਕੀਤਾ ਜਾ ਰਿਹਾ ਹੈ ਵਿਰੋਧੀ ਟੀਚਰਾ ਕਰਦੇ ਨੇ ਕਹਿੰਦੇ ਕਿ ਆਮਾ ਦੀ ਪਾਰਟੀ ਨੇ ਜਦੋਂ ਕੋਈ ਵੱਡਾ ਐਲਾਨ ਕਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮੀਡੀਆ ਕੋਲ ਜਾਂਦੇ ਹੁੰਦੇ ਆ ਮੀਡੀਆ ਕੋਲੋਂ ਸਬੂਤ ਕਿਉਂ ਲੁਕੋ ਕੇ ਰੱਖਿਆ ਅਨਨੋਨ ਤੇ ਐਫ ਆਈ ਆਰ ਕਿਉਂ ਕੀਤੀ ਗਈ ਹੈ ਨਾਮ ਜੋ ਕਾਲਸ ਹੋਈਆਂ ਜਾਂ ਫਿਰ ਜੋ ਕਾਲ ਰਿਕਾਰਡ ਹੋਈਆਂ ਤੁਸੀਂ ਮੁਸਕਰਾ ਰਹੇ ਹੋ ਜਰਮਲ ਜੀ ਇਹ ਸਵਾਲ ਨੇ ਜੋ ਪਬਲਿਕ ਡੋਮੇਨ ਦੇ ਵਿੱਚ ਨੇ ਫਿਲਹਾਲ ਜੋ ਮੈਂ ਤੁਹਾਨੂੰ ਪੁੱਛ ਰਿਹਾ ਜੀ ਆਮਾ ਦੀ ਪਾਰਟੀ ਦੀ ਕਾਰਗੁਜ਼ਾਰੀ ਵੇਖਣ ਤੋਂ ਬਾਅਦ ਹੁਣ ਵਿਰੋਧੀਆਂ ਕੋਲ ਕੁਝ ਰਹਿ ਨਹੀਂ ਆ ਜੋ ਅਸਲ ਮੁੱਦੇ ਨੇ ਪੰਜਾਬ ਵਿੱਚ ਜੋ ਆਮਾ ਦੀ ਪਾਰਟੀ ਦਾ 7 ਮਹੀਨੇ ਦਾ ਪੰਜਾਬ ਸਰਕਾਰ ਦਾ ਕਾਰਗੁਜ਼ਾਰੀ ਹੈ ਉਹ ਇੰਨੀ ਕਮਾਲ ਹੈ ਕਿ ਉੱਥੇ ਤੇ ਇਹਨਾਂ ਨੂੰ ਕੋਈ ਨੁਕਸਨ ਨਹੀਂ ਮਿਲ ਨਹੀਂ ਰਿਹਾ ਤੇ ਸਰਕਾਰ ਨੂੰ ਤੋੜਨ ਦੀ ਹਰ ਕੋਸ਼ਿਸ਼ ਕਰ ਰਹੇ ਨੇ ਤੇ ਜੇ ਨਾ ਕਰਦੇ ਹੁੰਦੇ ਤੇ ਇਹ ਸਰਕਾਰਾਂ ਕਿੱਦਾਂ ਬਣੀਆ ਗੋਆ ਦੀ ਮਧ ਪ੍ਰਦੇਸ਼ ਦੀ ਕਰਨਾਟਕਾ ਦੀ ਰੁਣਾਚਲ ਪ੍ਰਦੇਸ਼ ਦੀ ਸਿੱਧੇ ਤੌਰ ਤੇ ਕਾਂਗਰਸ ਦੇ ਐਮ ਐਲ ਏ ਸ਼ਾਮਲ ਹੋਏ ਨਾ ਬੀ ਜੀ ਪੀ ਚ ਤਾਂ ਹੀ ਬਣੀਆ ਤੇ ਅੱਦੇ 'ਚ ਕੋਈ ਉਹ ਤੇ ਹੈ ਨਹੀਂ ਵੀ ਮੈਂ ਕੋਈ ਏਦਾਂ ਦੀ ਗੱਲ ਕਰਾਂ ਜਿਹੜੀ ਹੋਈ ਨਹੀਂ ਜੋ ਸਮਾਂ ਗੁਜ਼ਰ ਗਿਆ ਜਿਹੜੀ ਚੀਜ਼ ਹੋ ਗਈ ਉਸ ਤੋਂ ਵੱਡਾ ਸੱਚ ਤੇ ਕੁਝ ਹੁੰਦਾ ਨਹੀਂ ਵੀ ਤੇ ਮੈਂ ਤੇ ਉਹਦਾ ਜ਼ਿਕਰ ਕਰ ਰਿਹਾ ਇੰਨਾ ਵੱਡੀ ਬਹੁਤ ਤੁਹਾਨੂੰ ਦਿੱਤਾ ਜੀ 92 ਵਿਧਾਇਕ ਤੁਹਾਡੇ ਵਿਧਾਨ ਸਭਾ ਦੇ ਪੌੜੀਆਂ ਚੜਾਏ ਨੇ ਲੋਕਾਂ ਨੇ ਜੇ ਪੱਟ ਵੀ ਲੈਂਦੇ ਨੇ ਤਾਂ ਵੀ ਉਹਨਾਂ ਕੋਲ ਬੀਜੇਪੀ ਵਾਲੇ ਕੋਲ ਮੈਜੋਰਿਟੀ ਬਣਦੀ ਨਹੀਂ ਜੇ ਇਸ ਗੱਲ ਦੀ ਫਿਰ ਸਰਕਾਰ ਨੂੰ ਕਿਵੇਂ ਖਤਰਾ ਹੋ ਸਕਦਾ ਆ ਵੇਖੋ ਆਪਣਿਆਂ ਵੱਲ ਵੀ ਪੂਰੀ ਕੋਸ਼ਿਸ਼ ਕਰਦੇ ਨੇ ਦਿੱਲੀ 'ਚ ਵੀ ਅਸੀਂ 67 ਸੀਗੇ 70 'ਚ ਤਾਂ ਵੀ ਇਹਨਾਂ ਨੇ ਪੂਰਾ ਜ਼ੋਰ ਲਾਇਆ 21 ਐਮਐਲਆ ਨੂੰ ਡਿਸਕਵਾਲਿਫਾਈ ਕਰਾ ਦਿੱਤਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ ਨੂੰ ਲੱਗਦਾ ਵੀ ਸੈਂਟਰ ਸਾਡੀ ਸਰਕਾਰ ਹੈ ਈਡੀ ਸੀਬੀਆਈ ਹਰ ਏਜੰਸੀ ਦਾ ਆਪਾਂ ਦੁਰਵਰਤੋਂ ਕਰਾਂਗੇ ਤੇ ਕਿਸੇ ਵੀ ਤਰੀਕੇ ਚਲੋ ਹੌਲੀ ਹੌਲੀ ਕਰਕੇ ਆਪਾਂ ਆਪਣਾ ਸ਼ਾਇਦ ਜਿੱਤ ਕੇ ਨਹੀਂ ਤੇ ਤੋੜ ਕੇ ਧਾਰ ਬਣਾ ਲਾਂਗੇ ਪਰ ਪਲਾ ਆਮ ਆਦਮੀ ਪਾਰਟੀ ਨਾਲ ਪਿਆ ਬੀਜੇਪੀ ਚ ਕਾਮਯਾਬ ਨਹੀਂ ਹੋਣ ਵਾਲੀ ਮਾਨ ਸਰਕਾਰ ਭਰੋਸਗੀ ਮਤਾ ਲੈ ਕੇ ਆਉਣਾ ਚਾਹੁੰਦੀ ਸੀ ਸਪੈਸ਼ਲ ਸੈਸ਼ਨ ਵੀ ਸੱਦੇ ਆ ਪਰ ਇਸ ਸਭ ਦੇ ਦੌਰਾਨ ਰਾਜਪਾਲ ਸਾਹਿਬ ਹੋਰ ਨਾਲ ਟਕਰਾ ਆ ਗਿਆ ਜੀ ਕਿਵੇਂ ਦੇਖਦੇ ਹੋ ਇਹ ਸਭ ਦੇਖੋ ਰਾਜਪਾਲ ਸਾਹਿਬ ਦੀ ਭੂਮਿਕਾ ਤਾਂ ਬਿਲਕੁਲ ਨਿਰਪੱਖ ਹੋਣੀ ਚਾਹੀਦੀ ਹੈ ਰਾਜਪਾਲ ਨੂੰ ਬੀਜੇਪੀ ਦਾ ਯਾਦਾ ਬਣ ਕੇ ਕੰਮ ਨਹੀਂ ਕਰਨਾ ਚਾਹੀਦਾ ਜੇ ਭਾਜਪੀ ਦਾ ਕੁਝ ਫੇਵਰ ਦਾ ਕੰਮ ਕਰਨਾ ਹੋਏ ਤੇ ਰਾਜਪਾਲ ਸਾਹਿਬ ਅੱਧੀ ਰਾਤ ਨੂੰ ਵੀ ਹਾਜ਼ਰ ਹੋ ਜਾਂਦੇ ਨੇ ਮਾ ਰਾਸ਼ਟਰ ਚ ਵਿਖਿਆ ਨਾ ਆਪਾਂ ਤੇ ਬڑا ਮਤਲਬ ਹਿਸਟਰੀ ਵਿੱਚ ਪਹਿਲੀ ਵਾਰ ਅੱਦ ਹੋਇਆ ਕਿ ਚੁਣੀ ਹੋਈ ਸਰਕਾਰ ਦਾ ਇਹਨੇ ਹੈਵੀ ਮੰਡੇਟ ਵਾਲੀ ਸਰਕਾਰ ਦਾ ਵਿਧਾਨ ਸਭਾ اجلاس ਸਦਨ ਦਾ ਮਤਾ ਉਹਨਾਂ ਨੇ ਰਿਜੈਕਟ ਕੀਤਾ ਹੋਇਆ। ਹਾਂ ਉਹ ਹੀ ਕਹਿੰਦੇ ਕਿ ਵਿਰੋਧੀ ਧਿਰਾਂ ਨੇ ਸਾਡੇ ਕੋਲ ਆਵਾਜ਼ ਚੱਕੀ ਨਾ ਉਹਨਾਂ ਨੇ ਮੰਗ ਕੀਤੀ ਕਿ ਤੁਸੀਂ ਆਪਣਾ ਮੋਸ਼ਨ ਵੋਟ ਜੋ ਹੈ ਸ਼ੋਅ ਕਰੋ ਕਹਿੰਦੇ ਕਿ ਪੰਜਾਬ ਦੇ ਮੁੱਦੇ ਤੇ ਜੇਕਰ ਤੁਸੀਂ ਸੱਦੇ ਤਾਂ ਅਸੀਂ ਇਸ ਨੂੰ ਰੱਦ ਵੀ ਨਾ ਕਰਦੇ। ਦੇਖੋ ਇਹ ਵੀ ਬਹੁਤ ਵੱਡਾ ਪੰਜਾਬ ਦਾ ਮੁੱਦਾ ਹੀ ਹੈ। ਤੇ ਕੋਈ ਗੱਲ ਨਹੀਂ ਹੁਣ ਜਲਾਸ ਵੀ ਹੋ ਰਿਹਾ ਤੇ ਰਾਜਪਾਲ ਸਾਹਿਬ ਦੀ ਰਜਮੰਦੀ ਨਾਲ ਵੀ ਹੋ ਰਿਹਾ ਪਿਲਾ ਸੈਸ਼ਨ ਦਾ ਦਿਨ ਬੀਤਿਆ ਅੱਜ ਬੜਾ ਹੰਗਾਮੇਪੂਰਕ ਦਿਨ ਸੀ ਮਾਨ ਸਰਕਾਰ ਫੇਰ ਭੋਸੇ ਜੋਗ ਮਤਾ ਲੈ ਕੇ ਆਉਣਾ ਚਾਹੁੰਦੀ ਸੀ ਪਰ ਵਿਰੋਧੀ ਤੇਰਾ ਕਹਿੰਦੀ ਸੀ ਕਿ ਆਪਾਂ ਮੁੱਦਿਆਂ ਤੇ ਚਰਚਾ ਕਰੀਏ ਤੇ ਉਹ ਸਾਰਾ ਦਿਨ ਤੁਸੀਂ ਜਿਹੜਾ ਦੇਖਿਆ ਵੀ ਹੋਗਾ ਹੰਗਾਮੇ ਭਰਿਆ ਰਿਹਾ ਸੀ ਹੂੰ ਹੂੰ ਚੱਲਦੇ ਰਹਿੰਦੇ ਸਦਨਾਂ ਵਿੱਚ ਇਹ ਸਭ ਚੀਜ਼ਾਂ ਚੱਲਦੀ ਹੀ ਰਹਿੰਦੀਆਂ ਨੇ ਵਿਰੋਧੀਆਂ ਨੇ ਆਪਣੀ ਗੱਲ ਕਰਨੀ ਹੈ ਨੇ ਸਰਕਾਰ ਨੇ ਆਪਣੀ ਗੱਲ ਕਰਨੀ ਹੈ ਆਪਣੇ ਕੰਮ ਗਿਣਵਾਉਣੇ ਨੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਗਿਆ ਤੇ ਫਿਰ ਤੋਂ ਚਰਚਾਵਾ ਵੀ ਸ਼ੁਰੂ ਹੋਣਗੀਆਂ ਤੇ ਚੱਲਣਗੀਆਂ ਪਰ ਲਾਗਤ ਵੀ ਦੇਖੋ ਤੁਸੀਂ ਕਿੰਨੀ ਹੁੰਦੀ ਹੈ ਜੀ ਇੱਕ ਸੈਸ਼ਨ ਦੇ ਲਈ ਕਰੋੜ ਦੇ ਕਰੀਬ ਖਰਚਾ ਚਲਾ ਜਾਂਦਾ ਹੈਗਾ ਬਿਲਕੁਲ ਸੈਸ਼ਨ ਤੇ ਖਰਚਾ ਹੁੰਦਾ ਹੈ ਤੇ ਲੋਕਾਂ ਦੀ ਭਲਾਈ ਵਾਸਤੇ ਹੁੰਦਾ ਹੈ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਮਸਲੇ ਵੀ ਡਿਸਕਸ ਹੁੰਦੇ ਵਿਧਾਇਕ ਆਪਣੀ ਗੱਲ ਵੀ ਰੱਖਣਗੇ ਤੇ ਸਾਰੀ ਚੀਜ਼ਾਂ ਹੋਣਗੀਆਂ ਜੋ ਦਾਇਰੇ ਚ ਆਉਂਦੀਆਂ ਨੇ ਇਸ ਦੇ ਨਾਲ ਹੀ ਜੋ ਪਿਛਲੀ ਵਾਰ ਮੈਂ ਤੁਹਾਡਾ ਇੰਟਰਵਿਊ ਕੀਤਾ ਸੀ ਉਦੋਂ ਵੋਟਾਂ ਹੋਈਆਂ ਨਹੀਂ ਸੀ ਉਦੋਂ ਪ੍ਰਾਲੀ ਨੂੰ ਲੈ ਕੇ ਆਪਣੀ ਗੱਲਬਾਤ ਹੋਈ ਸੀ ਦੋਵਾਂ ਦੀ ਇਕੱਠਿਆਂ ਦੀ ਇਹ ਸਰ ਤੁਸੀਂ ਗਏ ਸੀ ਕੇਂਦਰ ਕੋਲ ਕਿ 500 ਦਿੱਲੀ ਪਾਉਂਦੀ ਆ 550 ਆਉਗੀ ਤੇ ਬਾਕੀ ਰਹਿੰਦੇ 1500 ਤੁਸੀਂ ਪਾਓ ਤੇ ਆਪਾਂ ਅੱਗੇ ਕਿਸਾਨਾਂ ਨੂੰ ਸਬਸਿਡੀਾਈਜ਼ ਕਰੀਏ ਉਹ ਗੱਲ ਬਣੀ ਨਹੀਂ ਕੋਹਲ ਦੀ ਇੱਕ ਗੱਲ ਹੁੰਦੀ ਸੀ ਉਹ ਕਿੱਥੇ ਗੱਲ ਖੜੀਆ ਤੇ ਹੁਣ ਫਸਲਾਂ ਜੋਨੇ ਮੰਡੀ ਦੇ ਵਿੱਚ ਵੀ ਆਣ ਗਿਆ ਤੇ ਪ੍ਰਾਲੀ ਵਾਲਾ ਦਿਨ ਵੀ ਆ ਗਏ ਨੇ ਜੀ ਜੀ ਬਿਲਕੁਲ ਮੈਨੂੰ ਲੱਗਦਾ ਹੈ ਕੇਂਦਰ ਸਰਕਾਰ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਸੀ ਉਸ ਮਸਲੇ ਤੇ ਕਿਉਂਕਿ ਜੋ ਹਵਾ ਹੈ ਸਭ ਦੀ ਸਾਂਝੀ ਹੈ ਕੋਈ ਐਰੇ ਵੀ ਖਾਲੀ ਪੰਜਾਬ ਵਾਲਿਆਂ ਦੀ ਹੈ ਜਾਂ ਫਵਾ ਤੇ ਸਭ ਦੀ ਇੱਕੋ ਜੀ ਹਵਾ ਹੈ ਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਵੱਖ-ਵੱਖ ਸੂਬਿਆਂ ਦੀ ਜੋ ਸਮੱਸਿਆਵਾਂ ਹੈਗੀਆਂ ਨੇ ਉਹਦੇ ਤੇ ਕੁਝ ਪੁਖਤਾ ਕਦਮ ਚੱਕੇ ਜਾਣ ਪਰ ਕੇਂਦਰ ਸਰਕਾਰ ਵੱਲੋਂ ਨਈ ਰਿਜੈਕਟ ਹੋਣ ਤੋਂ ਬਾਵਜੂਦ ਪੰਜਾਬ ਸਰਕਾਰ ਆਪਣੇ ਪੱਧਰ ਤੇ ਪੂਰੀ ਕੋਸ਼ਿਸ਼ ਕਰ ਰਹੀ ਹੈ ਕੱਲ ਵੀ ਬਾਨ ਸਾਹਿਬ ਨੇ ਐਲਾਨ ਕੀਤਾ ਕਿ ਬਹੁਤ ਛੇਤੀ ਕਿਸੇ ਬਾਰਲੀ ਮੁਲਕ ਨਾਲ ਤਾਇਯੀਬੀ ਹੋਇਆ ਹੈ ਉੱਥੇ ਇੱਕ ਬਹੁਤ ਵੱਡੀ ਕੁਆਂਟੀਟੀ ਵਿੱਚ ਹਰ ਦਿਨ ਪਰਾਲੀ ਦਾ ਨਿਸ਼ਪਾਦਨ ਹੋਏਗਾ ਤੇ ਮੈਂ ਇੱਕ ਚੀਜ਼ ਦਾਅਵੇ ਨਾਲ ਕਹਿ ਸਕਦਾ ਜੋ ਬਹੁਤ ਸਾਰੇ ਜੋ ਅਜੇ ਤੱਕ ਨਹੀਂ ਵੇਖਣ ਨੂੰ ਮਿਲਿਆ ਭਾਵੇਂ ਪ੍ਰਾਲੀ ਦਾ ਡਿਸਪੋਜ਼ਲ ਹੈ ਭਾਵੇਂ ਬੇਰਕਾ ਦੇ ਮਿਲਟ ਪਲਾਂਟ ਚਾਲੂ ਕਰਦੇ ਨੇ ਭਾਵੇਂ ਬੱਤੀ ਦੇ ਬਿੱਲ ਜ਼ੀਰੋ ਕਰਦੇ ਨੇ ਭਾਵੇਂ ਬੇਸਾਬ ਪਿਛਲੇ 6-7 ਮਹੀਨੇ ਚ ਕੰਮ ਨਹੀਂ ਉਪਰਾਲੀ ਦਾ ਵੀ ਕੰਮ ਇਸ ਸਾਲ ਤੁਹਾਨੂੰ ਰਿਕਾਰਡ ਤੋੜ ਜੋ ਦਾ ਨਿਸ਼ਪਾਦਨ ਸਹੀ ਤਰੀਕੇ ਨਾਲ ਹੋਣਾ ਹੈ ਇਸ ਸਾਲ ਵੇਖੋ ਨੂੰ ਮਿਲੇਗਾ ਕਈਆਂ ਦਾ ਲਾਂਭਾ ਮੈਨੂੰ ਜਰੂਰ ਮਿਲਦਾ ਹੈ ਜੀ ਕਿਉਂਕਿ ਲੋਕ ਪੁੱਛਦੇ ਨੇ ਜੋ ਅਸੀਂ ਜਾਣੇ ਲੋਕਾਂ ਕਹਿੰਦੇ ਯਾਰ ਸਾਡਾ ਬਿਜਲੀ ਦਾ ਬਿੱਲ ਨਹੀਂ ਆਇਆ ਹੈਗਾ ਸਰਕਾਰ ਦਾ ਵਾਅਦਾ ਕਰਕੇ ਆਈ ਸੀ ਕਿ ਜ਼ੀਰੋ ਆਊਗਾ ਸਾਡੇ ਬਿਜਲੀ ਦਾ ਬਿੱਲ ਜ਼ੀਰੋ ਨਹੀਂ ਆਏਗਾ ਆ ਜਿਗਾ ਬਹੁਤ ਵੱਡੀ ਗਿਣਤੀ ਦੇ ਜ਼ੀਰੋ ਬਿੱਲ ਆਏ ਨੇ ਪ ਇੱਕ ਤੁਸੀਂ ਕਿਹਾ ਕਿ ਦੌਰਾ ਵਿਦੇਸ਼ਾਂ ਦੇ ਵਿੱਚ ਕਰ ਰਹੇ ਨੇ ਸੀ ਜੀ ਮਾਨ ਹੁਣ ਜਰਮਨੀ ਵਾਲਾ ਦੌਰਾ ਬੜਾ ਇਸ ਵਾਰ ਚਰਚਾ ਦੇ ਵਿੱਚ ਸੀ ਤੇ ਵਿਵਾਦਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਵੀ ਵਿਰੋਧੀ ਧਿਰਾਂ ਨੇ ਪੂਰੀਆਂ ਕੀਤੀਆਂ ਨੇ ਜੀ ਭਾਵੇਂ ਉਹ BMW ਵਾਲਾ ਮਸਲਾ ਕਿਉਂ ਨਾ ਹੋਵੇ BMW ਤੇ ਕੀ ਸਪਸ਼ਟੀਕਰਨ ਹੈ ਜੀ ਕਿ ਆਖਰਕਾਰ ਗੱਲਬਾਤ ਹੋਈ ਸੀ ਉਹਨਾਂ ਦੇ ਅਫੀਸ਼ੀਅਲਸ ਦੇ ਨਾਲ ਜਾਂ ਫਿਰ ਕੀ ਇਹ ਸਾਰਾ ਐਪੀਸੋਡ ਸੀਗਾ ਵੇਖੋ ਮਾਨ ਸਾਹਿਬ ਨੇ ਆਪ ਕਲੀਅਰਫਾਈ ਕੀਤਾ ਹੈ BMW ਦੇ ਅਫੀਸ਼ੀਅਲਸ ਨਾਲ ਮੁਲਾਕਾਤ ਬਾਰੇ ਤੇ ਹਰ ਚੀਜ਼ ਨੂੰ ਟਾਈਮ ਲੱਗਦਾ ਇੱਕ ਇਹ ਕੋਈ ਉਦਾਂ ਦੇ ਟੂਰ ਨਹੀਂ ਜਿੱਦਾਂ ਪਹਿਲੀ ਸਰਕਾਰਾਂ ਚ ਵਾਈਟ ਟੂਰ ਹੁੰਦੇ ਰਹੇ ਨੇ ਤੇ ਆਪਣੀ ਐਸ਼ ਪ੍ਰਸਤੀ ਹੁੰਦੀ ਰਹੀ ਏ ਜਿਹੜੀ ਜਿਹੜੀ ਕੰਪਨੀਆਂ ਨਾਲ ਮਿਲੇ ਨੇ ਜਿਹੜੀ ਜਿਹੜੀ ਐਗਜ਼ੀਬਿਸ਼ਨ ਉਹਨਾਂ ਨੇ ਅਟੈਂਡ ਕੀਤੀ ਹੈ ਉਹਦਾ ਰਿਸਪੌਂਸ ਹੁਣ ਤੁਹਾਨੂੰ ਆਉਣ ਵਾਲੇ ਦਿਨਾਂ ਚ ਦਿਖਣਾ ਸ਼ੁਰੂ ਹੋ ਜਾਣਾ ਹੈ ਤੇ ਮੈਂ ਤੇ ਬੜੇ ਦਾਅਵੇ ਨਾਲ ਕਹਿ ਸਕਦਾ ਜਦੋਂ ਇੱਕ ਸਾਲ ਦਾ ਆਪਾਂ ਰਿਪੋਰਟ ਕੱਢਦੇ ਹਾਂਗੇ ਤੇ ਇਹ ਸਾਰੀ ਸਰਕਾਰਾਂ ਦੇ 25 25 30 30 ਕਈ ਕਈ ਦਾਖਿਆਂ ਦੇ ਰਿਕਾਰਡ ਉਹਦੇ ਟੁੱਟ ਜਾਣਗੇ ਲੱਗਦਾ ਕਿ ਆਮ ਆਦਮੀ ਪਾਰਟੀ ਇੱਕ ਪਰਸੈਪਸ਼ਨ ਬਣਾ ਰਹੀ ਹੈਗੀ ਆ ਵਿਰੋਧੀ ਧਿਰ ਵੀ ਕਹਿੰਦੀ ਹੈ ਕਿ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਭਾਵੇਂ ਉਹ ਮਾਰਕੀਟਿੰਗ ਦੇ ਜ਼ਰੀਏ ਹੋਵੇ ਭਾਵੇਂ ਉਸ ਤੇ ਹਾਰਾਂ ਦੇ ਜ਼ਰੀਏ ਹੋਵੇ ਤੁਸੀਂ ਖਬਰਾਂ 'ਚ ਦੇਖਦੇ ਹੋਵੋਗੇ ਵਿਰੋਧੀਆਂ ਨੇ ਵੀ ਸੁਣਦੇ ਹੋਵੋਗੇ ਇਸ ਤੇ ਹਾਰ-ਬਾਜੀ ਦੇ ਬੜੀ ਉਂਗਲ ਚੁੱਕਦੇ ਨੇ ਤੁਹਾਡੀ ਵੇਖੋ ਪਰਸੈਪਸ਼ਨ ਤੇ ਟੈਂਪੋਰਰੀ ਚੀਜ਼ ਹੈ ਪਰ ਜਦੋਂ ਲੋਕੀ ਤੁਹਾਡੇ ਕੰਮ ਤੋਂ ਖੁਸ਼ ਹੋ ਕੇ ਤੁਹਾਨੂੰ ਵੋਟ ਦੇ ਕੇ ਦੁਬਾਰਾ ਚੋਣ ਦੇਣ ਤਾਂ ਉਹ ਸੱਚਾਈ ਹੁੰਦੀ ਹੈ ਮੈਂ ਪਹਿਲਾਂ ਵੀ ਇਹ ਗੱਲ ਆਖੀ ਸੀ ਤੇ ਅੱਜ ਫੇਰ ਐ ਕਹਿ ਰਿਹਾ ਕਿ ਆਵਾਜ਼ ਦੀ ਪਾਰਟੀ ਨੇ ਇੱਕ ਰਵਾਇਤ ਸ਼ੁਰੂ ਕੀਤੀ ਹੈ ਆਪਾਂ 2000 ਇੱਥੇ ਇਲੈਕਸ਼ਨ ਲੜੇ 22 ਚ ਤੇ ਆਪਾਂ ਇੱਕ ਮੈਨੀਫੈਸਟੋ ਦਿੱਤਾ ਲੋਕਾਂ ਨੂੰ ਵੀ ਜੇ ਸਾਡੀ ਸਰਕਾਰ ਬਣਦੀ ਹੈ ਭਾ ਕੰਮ ਕਰਾਂਗੇ 2027 ਦੀ ਇਲੈਕਸ਼ਨ ਵਿੱਚ ਆਪਾਂ ਆਪਣਾ ਰਿਕਵਰਟ ਕਾਰਡ ਵਿਖਾ ਕੇ ਵੋਟਾਂ ਮੰਗਾਂਗੇ ਇਹਨੂੰ ਪਰਸੈਪਸ਼ਨ ਨਹੀਂ ਕਹਿੰਦੇ ਇਹਨੂੰ ਕੰਮ ਕਹਿੰਦੇ ਨੇ ਤੇ ਉਹਨਾਂ ਲਈ ਇਹ ਸਭ ਕੁਝ ਜ਼ਰੂਰੀ ਹੈ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਨੈਸ਼ਨਲ ਪਾਰਟੀ ਬਣ ਆਵਾਜ਼ ਦੀ ਬਿਲਕੁਲ ਆਪਾਂ ਦਿੱਲੀ ਚ ਵੀ ਪਰ ਦੀ ਪਹਿਲੀ ਪਾਰਟੀ ਜੀ ਨੇ ਹਿੰਮਤ ਕੀਤੀ ਵੀ ਜੇ ਸਾਡੇ ਕੰਮ ਤੋਂ ਖੁਸ਼ ਹੋ ਤਾਂ ਸਾਨੂੰ ਵੋਟਾਂ ਪਾਇਓ ਨਹੀਂ ਤੇ ਵੋਟਾਂ ਨਾ ਪਾਇਓ ਲੋਕਾਂ ਨੇ 70 ਚੋਂ 62 ਸੀਟਾਂ ਦਿੱਤੀਆਂ ਜੇ ਹੈ ਕਿਸੀ ਪਾਰਟੀ ਦਾਮ ਤੇ ਇਦਾਂ ਕਹਿ ਕੇ ਵੋਟ ਮੰਗ ਕੇ ਵਿਖਾ ਦੇ ਜੇ ਕੰਮ ਹੁੰਦੇ ਨੇ ਤਾਂ ਹੀ ਪਬਲਿਕ ਖੁਸ਼ ਹੁੰਦੀ ਹੈ ਤੇ ਤਾਂ ਹੀ ਵੋਟਾਂ ਪਉਂਦੀ ਹੈ ਮੈਨੂੰ ਇਥੇ ਆਖਰੀ ਸਵਾਲ ਹੋਊਗਾ ਜੀ ਤੁਸੀਂ ਮੈਨੀਫੈਸਟੋ ਦੇ ਵਿੱਚ ਜਿੱਤੇ ਮੁੱਦਿਆਂ ਦੀ ਗੱਲ ਕੀਤੀ ਤੇ ਦਾਅਵੇ ਵੀ ਕਰਦੇ ਆ ਮਾਨ ਸਰਕਾਰ ਕੇ ਅਸੀਂ ਬਿਜਲੀ ਦੇ ਬਿੱਲ ਜ਼ੀਰੋ ਕੀਤੇ ਨੇ ਮਾਰਕਫੈਡ ਦੇ ਵੱਖਰੇ ਅਸੀਂ ਇੰਤਜ਼ਾਮ ਕਰ ਰਹੇ ਹਾਂ ਤਾਂ ਕਿ ਚੰਗਾ ਕੰਮ ਹੋਵੇ ਭਾਈ ਦੂ ਜਾਰੀ ਹੈ ਜੀ ਪੈਣਾ ਨੂੰ 1000 ਰੁਪਿਆ ਇਹ ਤੋਫਾ ਪਾਈ ਤੁਹੇ ਦਿੱਤਾ ਜਾਵੇਗਾ ਬਿਲਕੁਲ ਸਰਕਾਰ 5 ਸਾਲ ਵਾਸਤੇ ਲੋਕਾਂ ਨੂੰ ਚੁਣੀ ਹੈ ਲੋਕਾਂ ਨੇ ਚੁਣੀ ਹੈ ਤੇ ਹਰ ਕੰਮ ਵਿੱਚ ਕਿਸੇ ਕੰਮ ਚ ਹਫਤਾ ਲੱਗਦਾ ਕਿਸੇ ਚ ਮਹੀਨਾ ਲੱਗਦਾ ਕਿਸੇ ਸਾਲ ਲੱਗਦਾ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਜਿਉਂਨਾ ਛੇਤੀ ਤੋਂ ਛੇਤੀ ਇਹ ਸਕੀਮ ਆਪਣਾ ਡਿਲੀਵਰ ਕਰ ਸਕੇ ਕਰੀਏ ਤੇ ਐਗਜ਼ੈਕਟ ਡੇਟ ਤੇ ਮਾਨ ਸਾਹਿਬ ਵੀ ਦੱਸ ਸਕਣਗੇ ਪਰ ਬਹੁਤ ਛੇਤੀ ਇਹ ਕੰਮ ਹੋ ਜਾਏਗਾ ਕਿਉਂਕਿ ਪਿਛਲੀ ਵਾਰ smartphones ਦਾ ਬੜਾ ਰੋਲਾ ਪਿਆ ਸੀ ਕਹਿੰਦੇ ਕਿ ਇਸ ਦਿਵਾਲੀ ਆਣਗੇ ਇਸ ਦਿਵਾਲੀ ਆਣਗੇ ਇਸ ਦਿਵਾਲੀ ਆਣਗੇ ਪੰਜ ਦਿਵਾਲੀਆਂ ਲਗਾ ਦੀਆਂ ਜੀ ਲੋਕਾਂ ਨੇ ਮੈਂ ਤਾਂ ਕਹਿ ਰਿਹਾ ਪਹਿਲਿਆਂ ਵਾਲੀ ਸਰਕਾਰਾਂ ਪੰਜਵੇਂ ਸਾਲ ਚ ਕੰਮ ਸ਼ੁਰੂ ਕਰਦੀਆਂ ਸੀ ਤੇ ਅਸੀਂ 6 ਮਹੀਨੇ ਚ ਇਦਾਂ ਦੇ ਕੰਮ ਕਰਦੇ ਨੇ ਜੋ ਲੋਕੀ 50 ਸਾਲ ਚ ਨਹੀਂ ਕਰ ਸਕੇ ਇਸ ਵਾਰ ਇਸ ਵਾਰ ਉਮੀਦ ਰੱਖਿਆ ਭਾਈ ਦੂਜ ਵਾਲੇ ਦਿਨ ਤੇ ਬਾਨ ਸਾਹਿਬ ਵੀ ਕਨਫਰਮ ਕਰ ਸਕਦੇ ਨੇ ਪਰ ਸਾਡੀ ਉਮੀਦ ਹੈ ਜੀ ਤੋਹਫਾ ਦਿੱਤਾ ਜਾ ਸਕਦਾ ਹੈ ਬਿਲਕੁਲ ਆਪਾਂ ਬਹੁਤ ਆਪਾਂ ਸਿਰਫ 1000 ਰੁਪਏ ਵਾਲੀ ਸਕੀਮ ਨਹੀਂ ਜਿੰਨੇ ਵੀ ਆਪਾਂ ਵਾਅਦੇ ਕੀਤੇ ਸੀਗੇ ਚੋਣਾਂ ਵਿੱਚ ਵੋਟਾਂ ਲੈਂਦੇ ਵੇਲੇ ਉਹ ਸਾਰੇ ਛੇਤੀ ਤੋਂ ਛੇਤੀ ਇੰਪਲੀਮੈਂਟ ਹੋਣ ਉਹ ਸਾਰੇ ਤੇ ਮਾਨ ਸਰਕਾਰ ਬਹੁਤ ਸਪੀਡ ਨਾਲ ਕੰਮ ਕਰ ਰਹੀ ਹੈ ਮੇਰਾ ਇੱਕ ਹੋਰ ਛੋਟਾ ਜਿਹਾ ਸਵਾਲ ਹੋਗਾ ਜਨੈਲ ਜੀ ਕਿਉਂਕਿ ਮਸਾ ਮਿਲਦੀਆਂ ਜੀ ਤੁਸੀਂ ਫੇਰ ਪਤਾ ਨਹੀਂ ਸਾਡੀ ਕਦੋਂ ਮੁਲਾਕਾਤ ਹੋਊਗੀ ਇੱਕ ਸਰਕਾਰ ਕੰਮ ਕਰਨਾ ਚਾਹੁੰਦੀ ਆ ਇਹ ਇੰਟੈਂਸ਼ਨ ਲੱਗਦਾ ਹੈ ਕਿ ਜਦੋਂ ਸਰਕਾਰ ਨਵੀਂ ਪਾਲਿਸੀ ਲੈ ਕੇ ਆਉਂਦੀ ਆ ਜਿਵੇਂ ਮੈਂ ਗੱਲ ਕਰ ਰਿਹਾ ਐਕਸਾਈਜ਼ ਪਾਲਿਸੀ ਦੀ ਗੱਲ ਕਰ ਰਿਹਾ ਜੀ ਅ ਕਰ ਕਰ ਦੇ ਵਿੱਚ ਆਟਾ ਦਾਲ ਵੰਡਣ ਦੀ ਸਕੀਮ ਦੀ ਮੈਂ ਗੱਲ ਕਰ ਲਾਂ ਹਾਈ ਅਵੇਖੋ ਇੱਕ ਬਹੁਤ ਵੱਡੀ ਤਾਕਤ ਦੇਸ਼ ਦੀ ਅ ਦਿੱਲੀ ਚ ਤੇ ਸਾਨੂੰ ਕੰਮ ਕਰਨ ਤੋਂ ਰੋਕਦੀ ਰੋਕਦੀ ਹੈ ਉਹਦਾ ਜਿੱਥੇ ਜਿੱਥੇ ਹੱਥ ਪੈਂਦਾ ਉਹ ਕੋਸ਼ਿਸ਼ ਕਰਦੀ ਵੀ ਇਹ ਪਾਰਟੀ ਅੱਗੇ ਨਾ ਵੱਧ ਸਕੇ ਤੇ ਉਹ ਕਈ ਵਾਰੀ ਵਕ ਵਕ ਚੀਜ਼ਾਂ ਦੇ ਸਾਰੇ ਵੀ ਲੈਂਦੀ ਹੈ ਪਰ ਮੈਨੂੰ ਲੱਗਦਾ ਹੈ ਜੁਡੀਸ਼ਰੀ ਸਿਸਟਮ ਨੂੰ ਬਹੁਤ ਜ਼ਿਆਦਾ ਨਿਰਪੱਖ ਹੋ ਕੇ ਕੰਮ ਕਰਨਾ ਚਾਹੀਦਾ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਮਝਾ ਦਿੱਤਾ ਪੇਰਵਾਦੀ ਜਰਨੈਲ ਸਿੰਘ ਜੀ ਹੋਰ ਨਾਲ ਗੱਲਬਾਤ ਕੀਤੀ ਆ ਤਾਂ ਇਹ ਛੋਟਾ ਜਿਹਾ ਸਮਾਸੀ ਸਾਡਾ ਮੁਲਾਕਾਤ ਦਾ ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਇਆ ਹੋਵੇਗਾ ਕਮੈਂਟਾਂ ਦੇ ਵਿੱਚ ਫੀਡਬੈਕ ਦਾ ਜਰੂਰ ਇੰਤਜ਼ਾਰ ਰਹੇਗਾ ਜਰਨੈਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਪਰਸੈਪਸ਼ਨ ਤਾਂ ਟੈਂਪਰੇਰੀ ਹੁੰਦੀ ਹੈ ਪਰ ਆਉਂਦੇ 27 ਦੀਆਂ ਚੋਣਾਂ ਦੇ ਵਿੱਚ ਅਸੀਂ ਆਪਣਾ ਰਿਪੋਰਟ ਕਾਰਡ ਦਿਖਾ ਕੇ ਵੋਟਾਂ ਮੰਗਾਂਗੇ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਆਉਂਦੇ ਸਮੇਂ ਦੇ ਵਿੱਚ ਜੋ ਗਰੰਟੀਆਂ ਕੇਜਰੀਵਾਲ ਸਾਹਿਬ ਹੁਰੀ ਦੇ ਕੇ ਗਏ ਸਨ ਉਹ ਪੂਰੀਆਂ ਹੁੰਦੀਆਂ ਨੇ ਜਾਂ ਨਹੀਂ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਹਾਂ ਰੋਜ਼ਾਨਾ ਸਪੋਕਸਮੈਨ ਕ